ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਅੱਜ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜੋ ਰਿਹਾਈ ਦਾ ਕੇਂਦਰ ਸਰਕਾਰ ਵੱਲੋਂ ਪ੍ਰੋਸੈਸ ਚੱਲਦਾ ਪਿਆ ਸੀ ਉਸ 'ਤੇ ਰੋਕ ਲਗਾ ਦਿੱਤੀ ਗਈ। ਬੜੀ ਅਫਸੋਸਜਨਕ ਬੜੀ ਦੁੱਖਦਾਈ ਖਬਰ ਆ। ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਧਾ ਸਮਾਂ ਜਿਹੜਾ ਜੇਲ੍ਹ ਅੰਦਰ ਕੱਟਿਆ ਔਰ 1993 ਬੰਬ ਕੇਸ ਅੰਦਰ ਜਿਹੜੀ ਉਹਨੂੰ ਸਜ਼ਾਏ ਮੌਤ ਹੋਈ ਸੀ ਉਸਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ ਸੀ ਔਰ ਉਹਨਾਂ ਦੇ ਅੱਛੇ ਕਿਰਦਾਰ ਨੂੰ ਦੇਖ ਕੇ ਇਹ ਮਹਿਸੂਸ ਕਰਦੇ ਹੋਏ ਕਿ ਕਾਲੇ ਦੌਰ ਦੇ ਅੰਦਰ ਜੋ ਕੁਛ ਹੋਇਆ ਉਹ ਇੱਕ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਕੀਤੀਆਂ ਹੋਈਆਂ ਸਾਜ਼ਿਸ਼ਾਂ ਦੇ ਤਹਿਤ ਹੋਇਆ ਸੀ। ਦਵਿੰਦਰਪਾਲ ਸਿੰਘ ਭੁੱਲਰ ਨੂੰ ਉਹਨਾਂ ਦੀ ਸਜ਼ਾਏ ਮੌਤ ਨੂੰ ਮਾਫ਼ ਕਰ ਦਿੱਤਾ ਗਿਆ ਸੀ ਪਰ ਬੜੀ ਦੁੱਖ ਦੀ ਗੱਲ ਆ ਮਨਿੰਦਰ ਸਿੰਘ ਬਿੱਟੇ ਵੱਲੋਂ ਸੁਪਰੀਮ ਕੋਰਟ 'ਚ ਰਿਟ ਫਾਇਲ ਕਰਕੇ ਅਤੇ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਬਾਹਰ ਜਾਣ ਦਾ ਰਸਤਾ ਸੀ ਰੋਕ ਲਾਈ ਗਈ ਆ। ਇਹ ਦੁੱਖ ਪੂਰੀ ਜਗਤ ਅੰਦਰ ਪੂਰੀ ਦੁਨੀਆ ਦੇ ਅੰਦਰ ਆ। ਇੱਕ ਪਾਸੇ ਲੋਕ ਆਤੰਕਵਾਦ ਦਾ ਮੁਖਾਲਫਤ ਕਰਦੇ ਨੇ ਔਰ ਦੂਜੇ ਪਾਸੇ ਜਿਹੜੇ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ। ਤਾਂ ਜ਼ਿੰਦਗੀ ਜੇਲ੍ਹ ਅੰਦਰੋਂ ਦੀ ਨਿਕਲ ਚੁੱਕੀ ਆ। ਮਾਨਸਿਕ ਤੌਰ 'ਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੜਾ ਪ੍ਰਤੀੜਿਤ ਕੀਤਾ ਗਿਆ ਪਰ ਅੱਜ ਵੀ ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ। ਇਸ ਦੇ ਬਾਵਜੂਦ ਜਿਹੜਾ ਅੱਜ ਮਨਿੰਦਰ ਸਿੰਘ ਬਿੱਟਾ ਨੇ ਕੇਸ ਪਾਇਆ ਹੈ ਮੈਂ ਸਮਝਦਾ ਇਹ ਬੜਾ ਹੀ ਅਫਸੋਸਜਨਕ ਗੱਲ ਆ। ਅਸੀਂ ਇਸ ਨੂੰ ਇਸ ਦੀ ਅਪੀਲ ਫਾਈਲ ਕਰਾਂਗੇ। ਅਸੀਂ ਸੁਪਰੀਮ ਕੋਰਟ ਕੋਲ ਆਪਣਾ ਪੱਖ ਰੱਖਾਂਗੇ ਜਾ ਕੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਔਰ ਦੱਸਾਂਗੇ ਕਿ ਕਿਉਂ ਭੁੱਲਰ ਦੀ ਰਿਹਾਈ ਜ਼ਰੂਰੀ ਆ, ਕਿਉਂ ਭੁੱਲਰ ਜੋ ਕਾਲੇ ਦੌਰ ਅੰਦਰ ਏਜੰਸੀਆਂ ਦੀ ਮਾਰ ਝੇਲ ਰਿਹਾ ਸੀ, ਜੋ ਸਰਕਾਰਾਂ ਵੱਲੋਂ ਇੱਕ ਸਰਕਾਰੀ ਟੈਰਰਿਜ਼ਮ ਸੀਗਾ ਉਸ ਦੀ ਲੜਾਈ ਲੜ ਰਿਹਾ ਸੀਗਾ, ਉਸ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ, ਉਹ ਬੇਦੋਸ਼ੀ ਲੋਕ ਨੇ, ਬੇਗੁਨਾਹ ਲੋਕ ਨੇ ਔਰ ਉਹਨਾਂ ਨੂੰ ਅੱਜ ਤੱਕ ਪ੍ਰਤੀੜਿਤ ਕੀਤਾ ਜਾ ਰਿਹਾ। ਹਾਂਜੀ ਵੀਰਕਰ ਸਾਹਿਬ, ਅੱਜ ਬਿੱਟੇ ਕੇ ਮਾਮਲੇ ਜੋ ਦਵਿੰਦਰ ਭੁੱਲਰ ਕੋ ਮਾਮਲੇ ਮੇਂ ਸੁਪਰੀਮ ਕੋਰਟ ਨੇ ਸਟੇਅ ਦੇ ਦਿਆ ਹੈ, ਆਪਕਾ ਕਿਆ ਕਹਿਣਾ ਹੈ? ਦੇਖੀਏ, ਮੈਂ ਸਮਝਤਾ ਹੂੰ ਕਿ ਦੇਸ਼ ਕੇ ਅੰਦਰ ਦੇਸ਼ ਕਾ ਕਾਨੂੰਨ ਹੈ ਔਰ ਜਿਨ੍ਹੋਂਨੇ ਬਿੱਟਾ ਕੇ ਉੱਪਰ ਹਮਲਾ ਕੀਆ ਥਾ ਮੇਨ ਮੁੱਖ ਦੋਸ਼ੀ ਹੈ ਭੁੱਲਰ ਔਰ ਉਸਕੋ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿਆ ਹੁਆ ਹੈ ਔਰ ਸਰਕਾਰ ਆਪਣੀ ਸਹੂਲਤ ਕੇ ਅਨੁਸਾਰ ਸਿਆਸੀ ਲਾਹਾ ਲੈਣੇ ਕੇ ਲੀਏ ਸ਼ਾਇਦ ਸਿਆਸੀ ਫਾਇਦਾ ਲੈਣੇ ਕੇ ਲੀਏ ਇਹ ਕਿਸੀ ਕੋ ਪਕੜ ਲਓ ਕਿਸੀ ਕੋ ਛੋੜ ਦੋ ਇਹ ਬਾਤ ਨਹੀਂ ਹੈ। ਮੈਂ ਸਮਝਤਾ ਹੂੰ ਦੇਸ਼ ਕੀ ਅਦਾਲਤੋਂ ਕੋ ਆਪਣਾ ਕੰਮ ਕਰਨੇ ਦੇਣਾ ਚਾਹੀਏ। ਅੱਜ ਸੁਪਰੀਮ ਕੋਰਟ ਨੇ ਉਸ ਪੇ ਸਟੇਅ ਕੀਆ ਹੈ ਔਰ ਮੈਂ ਸਮਝਤਾ ਹੂੰ ਕਿ ਕਾਨੂੰਨ ਆਪਣਾ ਜੋ ਕੰਮ ਕਰੇ ਉਸੀ ਕੋ ਕਰਨੇ ਦੇਣਾ ਚਾਹੀਏ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।